ਸਤਿ ਸ਼੍ਰੀ ਅਕਾਲ ਜੀ, ਮੈਂ ਗੋਪਾਲ ਸਿੰਘ ਸਿੱਧੂ, ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦਾ ਆਗਾਜ਼ ਵੀ ਕਰਦੇ ਹਾਂ, ਉਸ ਤੋਂ ਪਹਿਲਾਂ ਦਰਸ਼ਕਾਂ ਲਈ ਇੱਕ ਅਹਿਮ ਜਾਣਕਾਰੀ ਹੈ। ਗਲੋਬਲ ਪੰਜਾਬ ਟੀਵੀ ਨੂੰ ਹੁਣ ਤੁਸੀਂ USA ਦੇ ਵਿੱਚ ਸਲਿੰਗ ਪਲੈਟਫਾਰਮ ਦੇ ਉੱਤੇ ਵੀ ਵੇਖ ਸਕਦੇ ਹੋ। ਤਾਂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕੁਝ ਖਬਰਾਂ ਚੁਣ ਲਈਆਂ ਨੇ, ਉਹਨਾਂ ਖਬਰਾਂ ਦੇ ਪਿੱਛੇ ਦੀ ਖਬਰ ਦੀ ਗੱਲ ਪ੍ਰੋਗਰਾਮ ਦੇ ਵਿੱਚ ਕਰਨੀ ਹੈ। ਖਬਰਾਂ ਦੇ ਪਿੱਛੇ ਦੀ ਖਬਰ ਦੀ ਗੱਲ ਕਰਨ ਲਈ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ 'ਚ। ਮਿਹਰਬਾਨੀ ਗੋਪਾਲ ਜੀ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। 550 ਸਾਲ ਬਾਅਦ ਸਰ ਅੱਜ ਜਿਹੜਾ ਦਿਨ ਆਇਆ 22 ਜਨਵਰੀ, ਇਤਿਹਾਸਿਕ ਦਿਨ ਹੈ। ਸਾਰੇ ਜਾਣਦੇ ਨੇ ਕਿ ਦੇਸ਼ ਭਰ ਦੇ ਵਿੱਚ ਰਾਮ ਲੱਲਾ ਦੇ ਜਿਹੜੇ ਰੰਗ ਨੇ ਉਹ ਮਹਿਕਾ ਮਾਰ ਰਹੇ ਨੇ। ਅਯੋਧਿਆ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਮੁਕੰਮਲ ਹੋ ਗਈ ਹੈ, ਮੰਦਿਰ ਦਾ ਜਿਹੜਾ ਉੱਥੇ ਰਾਮ ਮੰਦਿਰ ਦਾ ਉਦਘਾਟਨ ਹੋ ਗਿਆ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਗੋਪਾਲ, ਜਿੱਦਾਂ ਤੁਸੀਂ ਕਹਿ ਰਹੇ ਹੋ, ਮੈਂ ਕਹਿ ਰਿਹਾ ਕਿ ਸਾਡੇ ਦੇਸ਼ ਦੇ ਲਈ ਤਾਂ ਹੈ ਹੀ ਹੈ, ਦੁਨੀਆ ਭਰ ਦੇ ਵਿੱਚ ਜਿਹੜੇ ਹਿੰਦੁਸਤਾਨੀ ਬੈਠੇ ਆ, ਭਾਈਚਾਰਾ, ਉਹਨਾਂ ਦੇ ਲਈ ਬਹੁਤ ਵੱਡਾ ਦਿਨ ਹੈ ਜੀ। ਜਿਸ ਕਦਰ ਜਿਹੜਾ ਹੈਗਾ ਇਸ ਸਮਾਗਮ ਨੂੰ ਲੈ ਕੇ ਤੁਸੀਂ ਗੱਲ ਕੀਤੀ ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਦੀ, ਉਸ ਦੇ ਤੋਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, UP ਦੇ ਮੁੱਖ ਮੰਤਰੀ ਉਹਨਾਂ ਤਾਂ ਹੋਣਾ ਹੀ ਸੀ, ਯੋਗੀ ਜੀ, ਇੱਧਰ ਕੇਂਦਰ ਦੇ ਕਈ ਵੱਡੇ ਮੰਤਰੀ ਜਿਵੇਂ ਅਮਿਤ ਸ਼ਾਹ, ਦੂਜੇ ਮੰਤਰੀ, ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਖੇਡ ਜਗ ਦੀਆਂ ਵੱਡੀਆਂ ਹਸਤੀਆਂ, ਫਿਲਮ ਜਗ ਦੀਆਂ ਵੱਡੀਆਂ ਵੱਡੀਆਂ ਹਸਤੀਆਂ, ਆਪਾਂ ਨਾਂ ਲਵਾਂਗੇ ਤਾਂ ਕਾਫੀ ਲੰਬੀ ਸੂਚੀ ਹੋ ਜਾਏਗੀ। ਬਿਲਕੁਲ ਜੀ। ਸੋ ਵੱਖ ਵੱਖ ਖੇਤਰਾਂ ਦੇ ਬਹੁਤ ਜਿਹੜੇ ਹੈਗੇ ਵੱਡੇ ਵੱਡੇ ਚਿਹਰੇ, ਵੱਡੇ ਵੱਡੇ ਆਗੂ, ਵੱਡੇ ਵੱਡੇ ਵਿਦਵਾਨ ਉਹ ਤਾਂ ਪਹੁੰਚੇ ਹੀ ਪਹੁੰਚੇ ਹੈ, ਅਤੇ ਨਾਲ ਹੀ ਧਾਰਮਿਕ ਪੱਧਰ 'ਤੇ ਵੀ ਜਿਹੜਾ ਹੈਗਾ ਸੰਤ ਮਹਾਤਮਾ ਦੇਸ਼ ਭਰ ਦੇ ਵਿੱਚੋਂ, ਚਾਹੇ ਕਰਨਾਟਕ 'ਚੋਂ ਆ ਰਿਹਾ, ਕੋਈ ਅਸਾਮ ਤੋਂ ਆ ਰਿਹਾ, ਕੋਈ ਕਸ਼ਮੀਰ ਤੋਂ ਆ ਰਿਹਾ, ਕੋਈ ਪੰਜਾਬ ਤੋਂ ਜਾ ਰਿਹਾ, ਕੋਈ ਬੰਗਾਲ ਤੋਂ ਜਾ ਰਿਹਾ, ਮਤਲਬ ਇੱਕ ਰੰਗ ਜਿਹੜਾ ਹੈਗਾ, ਮੈਂ ਕਹਾਂਗਾ ਕਿ ਵੀ ਜਰਨਲਿਸਟ ਬਹੁਤ ਲੰਬੇ ਅਰਸੇ ਬਾਅਦ, ਆਪਾਂ ਤਾਂ ਕਿ ਇਸ ਮੁਲਕ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਇੱਦਾਂ ਦਾ ਕੋਈ ਸਮਾਗਮ ਹੋਏਗਾ ਕਿ ਸਾਰੇ ਮੁਲਕ ਦੀਆਂ ਨਜ਼ਰਾਂ ਜਿਹੜੀਆਂ ਅਯੁੱਧਿਆ ਦਾ ਜਿਹੜਾ ਤੁਸੀਂ ਗੱਲ ਕੀਤੀ ਉਸ ਸਮਾਗਮ 'ਤੇ ਟਿਕੀਆਂ ਵੀ ਹੈ ਜੀ, ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਨੂੰ ਲੈ ਕੇ, ਔਰ ਇੱਕੋ ਹੀ ਸਾਰੇ ਪਾਸੇ ਰੁਝਾਨ ਹੈ। ਜਦੋਂ ਆਪਾਂ ਰੰਗ ਰੰਗਣ ਦੀ ਗੱਲ ਕਰਦੇ ਹਾਂ, ਆਪਾਂ ਦੇਖੋ ਚੰਡੀਗੜ੍ਹ 'ਚ ਬੈਠੇ ਹਾਂ ਜੀ, ਜੇ ਚੰਡੀਗੜ੍ਹ 'ਚ ਵੀ ਆਪਾਂ ਆਪਣੇ ਆਫਿਸ ਤੋਂ ਬਾਹਰ ਨਿਕਲਾਂਗੇ ਤਾਂ ਸਾਰੇ ਚੌਕ ਜਿਹੜੇ ਹੈਗੇ ਕਿਸ ਕਦਰ ਉਹਨਾਂ ਦੀਆਂ ਸਜਾਵਟਾਂ ਕੀਤੀਆਂ ਵੀ ਹੈ, ਬਿਲਕੁਲ ਜੀ, ਦੀਪਮਾਲਾ ਦੇ ਪ੍ਰੋਗਰਾਮ ਹੈ। ਜੇ ਆਪਾਂ ਸੈਕਟਰਾਂ 'ਚ ਜਾਈਏ ਤਾਂ ਦੁਕਾਨਾਂ 'ਤੇ ਕਿਸ ਕਦਰ ਜਿਹੜੇ ਹੈਗੇ ਹੈ ਰਾਮਲੱਲਾ ਦੇ ਸਮਰਪਿਤ ਜਿਹੜੇ ਹੈਗਾ ਉਹਨੇ ਯਾਦ ਦੇ 'ਚ ਵੱਡੇ ਵੱਡੇ ਝੰਡੇ ਲੱਗੇ ਵੇ ਹੈ, ਰੰਗ ਵੀ ਉਸ ਦੇ ਭਾਗਵੇਂ ਰੰਗ ਦੇ 'ਚ ਰੰਗੇ ਵੇ ਹੈ, ਤੁਸੀਂ ਕਿਸੇ ਲਾਈਟਾਂ ਦੇ ਖੜ੍ਹੇ ਹੋ ਤਾਂ ਉੱਥੇ ਤੁਹਾਨੂੰ ਉਹ ਝੰਡੇ ਮਿਲਣਗੇ, ਇੱਕ ਮਾਹੌਲ ਵੱਖਰੀ ਕਿਸਮ ਦਾ ਜਿਹੜਾ ਹੈਗਾ ਸਿਰਜਿਆ ਜਾ ਰਿਹਾ। ਜਿਸ ਮਾਹੌਲ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਮਾਹੌਲ ਹੈ ਵੀ ਬੜਾ ਭਾਵਿਕ ਹੈ, ਸ਼ਾਂਤਮਈ ਹੈ, ਔਰ ਦੁਨੀਆ ਭਰ ਦਾ ਮੀਡੀਆ, ਜੇ ਆਪਾਂ ਬਾਕੀਆਂ ਦੀ ਗੱਲ ਕਰਦੇ ਹਾਂ, ਆਪਾਂ ਦੁਕਾਨਦਾਰਾਂ ਦੀ ਗੱਲ ਕਰਦੇ ਹਾਂ, ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਸੂਬਿਆਂ ਦੀ ਗੱਲ ਕਰਦੇ ਹਾਂ, ਅਤੇ ਜੇ ਮੀਡੀਆ ਦੀ ਗੱਲ ਕਰੀਏ, ਮੀਡੀਆ ਦੀ ਕਵਰੇਜ ਜਿਸ ਕਦਰ ਆਪਾਂ ਉੱਥੇ ਦੇਖ ਰਹੇ ਹਾਂ, ਲੱਗਦਾ ਕਿ ਮੀਡੀਆ ਵੀ ਵੱਡੀ ਪੱਧਰ 'ਤੇ ਇਸ ਰੰਗ 'ਚ ਰੰਗਿਆ, ਬਹੁਤ ਉਤਸ਼ਾਹ ਨਾਲ ਸਵਾਲ ਪੁੱਛੇ ਜਾ ਰਹੇ ਹੈ, ਅੱਗੇ ਜਵਾਬ ਦੇਣ ਵਾਲੇ ਵੀ ਬਹੁਤ ਉਤਸ਼ਾਹ ਨਾਲ ਜਵਾਬ ਦੇ ਰਹੇ ਹੈ। ਬਿਲਕੁਲ ਜੀ, ਇੱਕ ਬਹੁਤ ਹੀ ਇੱਕ ਭਾਵੁਕ ਕਿਸਮ ਦਾ ਮਾਹੌਲ ਜਿਹੜਾ ਹੈਗਾ ਇਸ ਵੇਲੇ ਬਣਿਆ ਹੋਇਆ, ਬੜਾ ਚਾਅ ਜਿਹਾ ਪੈਦਾ ਹੋਇਆ ਵਾ ਸਾਰੇ ਮੀਡੀਆ ਕਰਮਚਾਰੀਆਂ ਦੇ ਵਿੱਚ ਵੀ, ਅਸੀਂ ਨਿਊਜ਼ ਚੈਨਲਸ ਦੇ ਉੱਤੇ ਦੇਖ ਹੀ ਰਹੇ ਹਾਂ, ਸਾਡੇ ਦਰਸ਼ਕ ਵੀ ਦੇਖ ਰਹੇ ਨੇ। ਅਸੀਂ ਸਾਰੇ ਦੇਸ਼ ਦੀ ਉਹ ਗੱਲ ਕਰ ਲਈ ਸਿੱਧੂ ਸਾਹਿਬ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਜੇ ਗੱਲ ਕਰੀਏ, ਪਟਿਆਲਾ, ਜਲੰਧਰ, ਲੁਧਿਆਣਾ, ਬਹੁਤ ਵੱਡੇ ਪੱਧਰ 'ਤੇ ਸਮਾਗਮ ਹੋ ਰਹੇ ਨੇ, ਬਾਜ਼ਾਰ ਸਜੇ ਹੋਏ ਨੇ, ਟੈਂਟ ਲਗਾਏ ਹੋਏ ਨੇ। ਤੁਸੀਂ ਦੇਖੋ ਕਿ ਇਹ ਤਾਂ ਚਲੋ ਪੰਜਾਬ ਦੇ ਵਿੱਚ ਹੋ ਗਏ ਜਿਹੜੇ ਅਸੀਂ ਦੇਖ ਰਹੇ ਹਾਂ ਆਪਣੀਆਂ ਅੱਖਾਂ ਦੇ ਨਾਲ, ਜਿਹੜੇ ਪੂਰੇ ਦੇਸ਼ ਦੇ ਵਿੱਚ ਅਯੁੱਧਿਆ ਦੇ ਵਿੱਚ, ਹੁਣ ਅਯੁੱਧਿਆ ਜਿਹੜਾ ਉੱਤਰ ਪ੍ਰਦੇਸ਼ ਹੈ, ਕੋਈ ਛੋਟਾ ਜਿਹਾ ਪ੍ਰਦੇਸ਼ ਤਾਂ ਉਹ ਹੈ ਨਹੀਂ, ਸਭ ਤੋਂ ਵੱਧ ਆਬਾਦੀ ਹੈ ਉੱਥੇ ਸਾਡੇ ਦੇਸ਼ ਦੀ,
ਕਿੱਡੇ ਵੱਡੇ ਵੱਡੇ ਸਮਾਗਮ ਹੋਣਗੇ ਜੀ ਉੱਥੇ ਜਗਾਵਾਂ ਤੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ? ਬਿਲਕੁਲ ਸਹੀ ਗੱਲ ਹੈ, ਜਿਸ ਤਰ੍ਹਾਂ ਗੋਪਾਲ ਤੁਸੀਂ ਗੱਲ ਕਰ ਰਹੇ ਹੋ ਅਯੁੱਧਿਆ ਦਾ, ਜਦੋਂ ਮੀਡੀਆ ਵਾਲੇ ਗੱਲ ਕਰ ਰਹੇ ਹੈ ਕਹਿੰਦੇ ਜੀ ਅਸੀਂ ਅਯੁੱਧਿਆ 'ਚ ਕਈ ਪਹਿਲਾਂ ਕਵਰੇਜ ਕਰਨ ਲਈ ਜਾਂਦੇ ਰਹੇ ਹੈ, ਕਹਿੰਦੇ ਭੀੜੀਆਂ ਤੰਗ ਸੜਕਾਂ ਹੁੰਦੀਆਂ ਸੀ, ਲੰਘਣਾ ਵੀ ਮੁਸ਼ਕਿਲ ਹੁੰਦਾ ਸੀ, ਤੇ ਹੁਣ ਅਯੁੱਧਿਆ ਬਦਲੀ ਬਦਲੀ ਨਜ਼ਰ ਆ ਰਹੀ ਹੈ, ਕਿਸ ਕਦਰ ਸਵਾਗਤ ਹੈ, ਖੁੱਲੀਆਂ ਸੜਕਾਂ ਹੈ, ਸਮਾਗਮਾਂ ਦੀ ਗੱਲ ਹੋ ਰਹੀ ਹੈ, ਇੱਕ ਮਾਹੌਲ ਜਿਹੜਾ ਹੈਗਾ ਬਦਲਿਆ ਜਾ ਰਿਹਾ, ਉਹ ਕੇਵਲ ਅਯੁੱਧਿਆ ਦਾ ਨਹੀਂ ਪੂਰੇ ਦੇਸ਼ 'ਚ ਬਦਲਿਆ, ਦੇਸ਼ 'ਚ ਨਹੀਂ ਕੌਮਾਂਤਰੀ ਪੱਧਰ ਉੱਤੇ। ਮੈਂ ਦੇਖ ਰਿਹਾ ਸੀ ਕਿ 160 ਮੁਲਕ ਹੈ ਗੋਪਾਲ ਜਿੱਥੇ ਇਸ ਮੌਕੇ 'ਤੇ ਸਮਾਗਮ ਜਾਂ ਤਾਂ ਕੀਤੇ ਜਾ ਰਹੇ ਹੈ ਜਾਂ ਅਯੁੱਧਿਆ ਨਾਲ ਜਿਹੜੇ ਜੁੜੇ ਸਮਾਗਮ ਹੈ ਉਹਨਾਂ ਨੂੰ ਵੱਖ ਵੱਖ ਮੀਡੀਆ ਦੇ ਸਿਸਟਮ ਦੇ ਰਾਹੀਂ ਜਿਹੜਾ ਹੈਗਾ ਦੇਖਿਆ ਜਾ ਰਿਹਾ। ਜਿਹੜੇ ਅਯੁੱਧਿਆ ਦੇ ਵਿੱਚ ਵੀ ਆਏ ਹੈ, ਜਿਹੜੇ ਜਰਨਲਿਸਟ ਉੱਥੇ ਪੁੱਛ ਰਹੇ ਹੈ, ਕੋਈ ਕਹਿੰਦਾ ਮੈਂ ਕੈਨੇਡਾ ਤੋਂ ਆਇਆ, ਕੋਈ ਕਹਿੰਦਾ ਮੈਂ ਅਮੈਰੀਕਾ ਤੋਂ ਆਇਆ, ਕੋਈ ਕਹਿੰਦਾ ਇੰਗਲੈਂਡ ਤੋਂ ਆਇਆ, ਕੋਈ ਜਰਮਨ ਤੋਂ ਆਇਆ, ਕੋਈ ਨੇਪਾਲ ਤੋਂ ਆਇਆ, ਯਾਨੀ ਦੁਨੀਆ ਭਰ ਦੇ ਵੱਖ ਵੱਖ ਮੁਲਕਾਂ ਤੋਂ ਲੋਕ ਉੱਥੇ ਪਹੁੰਚੇ। ਹਾਲਾਂਕਿ ਅੱਜ ਤਾਂ ਇੱਕ ਸੀਮਿਤ ਜਿਹੜੀ ਹੈਗੀ ਹੈ ਉੱਥੇ ਐਂਟਰੀ ਹੈਗੀ ਹੈ, ਇਸ ਤੋਂ ਬਾਅਦ ਜਦੋਂ ਮੰਦਰ ਜਿਹੜਾ ਆਮ ਦਰਸ਼ਨਾਂ ਲਈ ਖੁੱਲ੍ਹੇਗਾ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿਸ ਤਰ੍ਹਾਂ ਵੱਡੀਆਂ ਭੀੜਾਂ ਦਰਸ਼ਨਾਂ ਦੇ ਲਈ ਆਉਣਗੀਆਂ। ਪਰ ਅੱਜ ਵੀ ਦੁਨੀਆ ਭਰ ਦੇ ਲੋਕ ਜਿਹੜੇ ਔਰ ਜਿਸ ਨੂੰ ਵੀ ਪੁੱਛਿਆ ਜਾ ਰਿਹਾ ਉਹ ਸਮਝਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਸਮਝਦਾ ਕਿ ਸਾਨੂੰ ਤੋਂ ਅਹਿਮ ਮੌਕਾ ਹੈ, ਅਹਿਮ ਪੜਾਅ ਹੈ। ਬਿਲਕੁਲ, ਆਮ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ, ਪ੍ਰਧਾਨ ਮੰਤਰੀ ਕਹਿ ਰਹੇ ਹੈ, ਜੀ ਜੀ ਯੂਪੀ ਦੇ ਮੁੱਖ ਮੰਤਰੀ ਕਹਿ ਰਹੇ ਹੈ, ਦੂਜੇ ਆਗੂ ਕਹਿ ਰਹੇ ਹੈ। ਸੋ ਸੰਤ ਮਹਾਤਮਾ ਜਿਹੜੇ ਹੈਗੇ ਹੈ ਦੁਨੀਆ ਭਰ 'ਚੋਂ, ਦੇਸ਼ ਦੇ ਵੱਖ ਵੱਖ ਹਿੱਸਿਆਂ 'ਚੋਂ ਆਏ ਹੈ, ਇੱਕ ਵੱਖਰੀ ਕਿਸਮ ਦਾ ਜਲੌ, ਵੱਖਰੀ ਕਿਸਮ ਦਾ ਮਾਹੌਲ ਹੈ ਜਿਹੜਾ ਸ਼ਾਇਦ ਇਸ ਮੁਲਕ ਦੇ ਲੋਕ ਪਹਿਲੀ ਵਾਰ ਦੇਖ ਰਹੇ। ਇਹ ਵੱਡੇ ਸਮਾਗਮ ਕਰਕੇ ਸਿੱਧੂ ਸਾਹਿਬ ਮੈਂ ਸਮਝਦਾ ਕਿ ਵਪਾਰ ਨੂੰ ਕਿੰਨਾ ਵੱਡਾ ਹੁੰਗਾਰਾ ਮਿਲੇਗਾ, ਕਿਉਂਕਿ ਮੰਦਰ ਦੇ ਆਲੇ ਦੁਆਲੇ ਤੁਸੀਂ ਜਿਵੇਂ ਗੱਲ ਕੀਤੀ ਕਿ ਝੰਡੇ ਤੇ ਡੰਡਿਆਂ ਦਾ ਬਿਜ਼ਨਸ ਹੀ ਇੰਨਾ ਜ਼ਿਆਦਾ ਕਿ ਝੰਡੇ ਇੰਨੀ ਮਾਤਰਾ ਦੇ ਵਿੱਚ ਵਿਕ ਰਹੇ ਨੇ, ਫੁੱਲ ਵਿਕ ਰਹੇ ਨੇ, ਉੱਥੇ ਜਦੋਂ ਮੰਦਰ ਬਣ ਜਾਏਗਾ ਦੁਕਾਨਾਂ ਬਣਨਗੀਆਂ, ਇਕਨੋਮੀ ਬੂਸਟ ਹੋਏਗੀ, ਜ਼ਿਲ੍ਹੇ ਦੀ ਬੂਸਟ ਹੋਏਗੀ, ਪ੍ਰਦੇਸ਼ ਦੀ ਹੋਏਗੀ, ਉਹ ਦੇਸ਼ ਦੀ ਇਕਨੋਮੀ ਦੇ ਵਿੱਚ ਵੀ ਯੋਗਦਾਨ ਪਾਏਗੀ। ਗੋਪਾਲ ਜਿੱਦਾਂ ਤੁਸੀਂ ਗੱਲ ਕੀਤੀ ਹੈ, ਦੇਖੋ ਅਯੁੱਧਿਆ ਜਾਂ ਯੂਪੀ 'ਚ ਤਾਂ ਹਾਈ ਹੈ ਜਿੱਥੇ ਦੁਨੀਆ ਭਰ ਤੋਂ ਲੋਕ, ਦੇਸ਼ ਭਰ ਦੇ ਲੋਕ ਜਾ ਰਹੇ ਹੈ। ਮੈਂ ਬਾਕੀ ਸ਼ਹਿਰਾਂ ਦੀ ਵੀ ਗੱਲ ਕਰ ਰਿਹਾ, ਜਿੱਦਾਂ ਤੁਸੀਂ ਪਟਿਆਲੇ ਦੀ ਗੱਲ ਕਰ ਰਹੇ ਹੋ, ਅੰਮ੍ਰਿਤਸਰ ਦਾ ਮੈਂ ਦੇਖ ਰਿਹਾ ਸੀ, ਅੰਮ੍ਰਿਤਸਰ ਦੇ ਜਿਹੜੇ ਵਪਾਰੀ ਹੈ ਉਹ ਕਹਿ ਰਹੇ ਜੀ ਜਦੋਂ ਦਾ ਅਯੁੱਧਿਆ ਵਾਲੇ ਪਾਸੇ ਵੱਲ ਨੂੰ ਜਿਹੜਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਗੱਲ ਚੱਲੀ ਆ, ਮਾਹੌਲ ਬਣਿਆ, ਕਹਿੰਦੇ ਸਾਡੇ ਅਸੀਂ ਰਾਮ ਦੇ ਨਾਂ ਤੇ ਕੋਈ ਵੀ ਸਮਾਨ ਹੈ ਜਿਹੜਾ ਤੜਾਤੜ ਵਿਕ ਰਿਹਾ, ਇੰਨੀ ਵਿਕਰੀ ਕਹਿੰਦੇ ਅਸੀਂ ਪਹਿਲਾਂ ਹੁੰਦੀ ਦੇਖੀ ਨਹੀਂ ਕਦੇ। ਬਿਲਕੁਲ, ਸੋ ਵਪਾਰੀਆਂ ਦੇ ਚ ਵੀ ਉਤਸ਼ਾਹ ਹੈ ਤੇ ਆਮ ਲੋਕਾਂ ਦੇ ਚ ਵੀ ਬਹੁਤ ਭਾਰੀ ਉਤਸ਼ਾਹ ਹੈਗਾ। ਇਹਦੇ ਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਇੱਕ ਅਜਿਹਾ ਮਾਹੌਲ ਬਣਿਆ ਜਿਹੜਾ ਕਿ ਲੱਗਦਾ ਕਿ ਵੀ ਸਾਨੂੰ ਸਭ ਨੂੰ ਇੱਕ ਤਰ੍ਹਾਂ ਦਾ ਉਤਸ਼ਾਹਿਤ ਕਰ ਰਿਹਾ, ਔਰ ਉਹਦੇ 'ਚ ਜਿਸ ਤਰ੍ਹਾਂ ਸਦਭਾਵਨਾ ਦੀ ਗੱਲ ਹੈ, ਸ਼ਾਂਤੀ ਦੀ ਗੱਲ ਹੈ, ਉਹ ਸਾਰੀਆਂ ਉਸੇ ਤਰੀਕੇ ਨਾਲ ਇੱਕ ਮੈਸੇਜ ਦਿੱਤੇ ਜਾ ਰਹੇ ਹੈ। ਜਦੋਂ ਹੁਣ ਉੱਥੇ ਅਯੁੱਧਿਆ ਦੇ 'ਚ ਸਮਾਗਮ ਚੱਲ ਰਿਹਾ ਤਾਂ ਉਸ ਵੇਲੇ ਹਿੰਦੁਸਤਾਨ ਭਰ ਦੇ ਵਿੱਚ ਜਿਹੜਾ ਹੈਗਾ ਸਾਰੇ ਮੰਦਰਾਂ ਦੇ ਵਿੱਚ, ਧਾਰਮਿਕ ਸਥਾਨਾਂ 'ਤੇ, ਉੱਥੇ ਵੀ ਆਪਣੀ ਆਪਣੀ ਜਗ੍ਹਾ 'ਤੇ ਰਾਮ ਦੀ ਯਾਦ ਦੇ ਵਿੱਚ ਉੱਥੇ ਕੀਰਤਨ ਹੋ ਰਿਹਾ, ਲੰਗਰ ਲੱਗ ਰਿਹਾ ਹੈ, ਸਮਾਗਮ ਕੀਤੇ ਜਾ ਰਹੇ ਹੈ। ਯਾਨੀ ਇੱਕ ਦੇਸ਼ ਦੇ ਵਿੱਚ ਨਵੀਂ ਕਿਸਮ ਦੀ ਰੰਗਤ ਜਿਹੜੀ ਹੈਗੀ ਹੈ ਰੰਗਿਆ ਜਾ ਰਿਹਾ ਦੇਸ਼ ਅੱਜ। ਕਈ ਇਹ ਵੀ ਕਹਿ ਰਹੇ ਲੋਕ ਕਿ ਦੇਖੋ ਆਪਾਂ ਦੀਵਾਲੀ ਦਾ ਮਨਾਉਂਦੇ ਨੇ, ਹਰ ਸਾਲ ਦੀਵਾਲੀ ਦਾ ਤਿਉਹਾਰ ਤਾਂ ਹੁੰਦਾ ਹੀ ਹੁੰਦਾ, ਕਹਿੰਦੇ ਕਿਉਂਕਿ ਅੱਜ 22 ਜਨਵਰੀ ਹੈ, 22 ਜਨਵਰੀ ਵਾਲੇ ਦਿਨ ਵੀ ਮਿੰਨੀ ਦੀਵਾਲੀ ਕਹਿੰਦੇ ਮਨਾਇਆ ਜਾਇਆ ਕਰੀ, ਕਿਉਂਕਿ ਇੱਕ ਇਤਿਹਾਸ ਹੈ, ਇਤਿਹਾਸ ਅਕਸਰ ਜਿਹੜਾ ਹੈਗਾ ਉੱਥੇ ਜਰਨਲਿਸਟ ਜਿਹੜੇ ਬੋਲ ਰਹੇ ਹੈ, ਪੋਲੀਟੀਕਲ ਲੋਕ ਵੀ, ਧਾਰਮਿਕ ਲੋਕ ਵੀ ਜਿਹੜੇ ਗੱਲ ਕਰ ਰਹੇ ਆ, ਉਹ ਵੀ ਇਹ ਕਹਿ ਰਹੇ ਕਿ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਇੱਕ ਇਤਿਹਾਸ ਬਣ ਗਿਆ 22 ਜਨਵਰੀ, ਇਹਦੇ ਬਾਰੇ ਕੋਈ ਦੋ ਰਹੇ ਨਹੀਂ। ਅਯੁੱਧਿਆ ਦੇ ਵਿੱਚ ਹੁਣ ਬੀਤੇ ਜਿਹੜੀ ਦੀਵਾਲੀ ਲੰਘ ਕੇ ਹਟੀ ਹੈ ਉਦੋਂ ਤਾਂ ਚਲੋ ਮੰਦਿਰ ਦਾ ਉਦਘਾਟਨ ਨਹੀਂ ਹੋਇਆ ਸੀ, ਉਦੋਂ ਵੀ ਇੰਨੀ ਧੂਮਧਾਮ ਦੇ ਨਾਲ ਦੀਵਾਲੀ ਮਨਾਈ ਗਈ ਸੀ, ਕਿੰਨੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਦੀਵੇ ਬਾਲੇ ਗਏ ਸੀ, ਅਤੇ ਹੁਣ ਤਾਂ ਮੰਦਿਰ ਦਾ ਉਦਘਾਟਨ ਹੋ ਗਿਆ ਜੀ। ਸਾਰੇ ਜਾਣਦੇ ਨੇ ਕਿ ਦੀਵਾਲੀ ਜਿਹੜਾ ਤਿਉਹਾਰ ਹੈ, ਜੋ ਇਤਿਹਾਸ ਹੈ, ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਦੇ ਵਿੱਚ ਆਏ ਸੀ 14 ਸਾਲ ਦਾ ਬਨਵਾਸ ਕੱਟਣ ਤੋਂ ਬਾਅਦ, ਅਤੇ ਹੁਣ ਤਾਂ ਮੰਦਿਰ ਦੇ ਵਿੱਚ ਹੋਰ ਵੀ
ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਰਧਾਲੂ ਨੇ ਜਮ੍ਹਾਂ ਹੋਣਗੇ, ਵੱਡੇ ਪੱਧਰ ਤੇ ਦੀਵਾਲੀ ਦਾ ਤਿਉਹਾਰ ਆ ਜਿਹੜਾ ਉਹ ਮਨਾਇਆ ਜਾਵੇ। ਜੀ ਬਿਲਕੁਲ, ਜਿਹੜਾ ਵੱਡੀ ਪੱਧਰ ਤੇ ਤਿਉਹਾਰ ਆ ਜਿੱਥੇ ਦੀਵਾਲੀ ਦਾ ਮਨਾਇਆ ਜਾਏਗਾ, ਉੱਥੇ ਅੱਜ ਵੀ ਜਿਹੜਾ ਬਹੁਤ ਵੱਡੀ ਪੱਧਰ ਤੇ ਤਿਉਹਾਰ ਜਿਹੜਾ ਹੈਗਾ ਮਨਾਇਆ ਜਾ ਰਿਹਾ। ਜਿੱਥਾਂ ਮੈਂ ਕਿਹਾ ਵੀ ਕੇਂਦਰ ਸਰਕਾਰ ਦੀ ਗੱਲ ਕਰ ਲਈਏ, ਦੂਜੀਆਂ ਸਰਕਾਰਾਂ ਦੀ ਗੱਲ ਕਰ ਲਈਏ, ਸਾਧੂਆਂ ਸੰਤਾਂ ਦੀ ਗੱਲ ਕਰ ਲਈਏ, ਉਹ ਵੱਡੀ ਪੱਧਰ ਦੇ ਉੱਤੇ ਉੱਥੇ ਪਹੁੰਚ ਰਿਹਾ। ਇਸ ਤੋਂ ਇਲਾਵਾ ਜਿਹੜੇ ਲੋਕ ਨਹੀਂ ਵੀ ਗਏ ਆਪਣੇ ਘਰਾਂ ਚ, ਜਿਹੜਾ ਹੈਗਾ ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਆਫਿਸ ਨੂੰ ਆ ਰਿਹਾ ਸੀ ਤਾਂ ਸੜਕਾਂ ਤੇ ਆਵਾਜਾਈ ਬਹੁਤ ਘੱਟ ਸੀ। ਇੱਕ ਸਵਾਲ ਸੀ ਮਨ ਦੇ ਅੰਦਰ ਵੀ ਕਿਉਂ ਘੱਟ ਜਿਹੜੀ ਹੈਗੀ ਹੈ, ਘੱਟ ਕਿਉਂ ਹੈ? ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਾਫੀ ਗਿਣਤੀ ਚ ਉਹ ਲੋਕ ਹੈ ਜਿਹੜੇ ਰੋਜ਼ ਦੇ ਕੰਮ ਕਾਜ, ਜਿਹਨੇ ਦਫ਼ਤਰਾਂ ਜਾਣਾ, ਉਹ ਤਾਂ ਕਿਸੇ ਨੇ ਜੇ ਛੁੱਟੀ ਨਹੀਂ ਹੈ ਜਾਣਾ ਹੀ ਜਾਣਾ, ਪਰ ਜਿਹੜੇ ਆਮ ਰੁਟੀਨ ਦੇ ਕੰਮ ਕਾਜ ਸੀ ਮੈਨੂੰ ਲੱਗਦਾ ਉਹ ਛੱਡ ਕੇ ਸਾਰੇ ਘਰਾਂ ਚ ਸਾਰੇ ਟਿਕਟਕੀ ਲਗਾ ਕੇ ਬੈਠੇ ਹੈ ਟੀਵੀ ਚੈਨਲਾਂ ਦੇ ਉੱਤੇ ਕਿ ਕਿਸ ਕਦਰ ਸਮਾਗਮ ਚੱਲ ਰਹੇ ਹੈ, ਕਿੱਦਾਂ ਸਾਰੇ ਇੱਕ ਪਲ ਪਲ ਦੀ ਜਾਣਕਾਰੀ ਚੈਨਲ ਵੀ ਜਾਣੀ, ਮੀਡੀਆ ਵੀ ਜਿਹੜਾ ਹੈਗਾ ਇੱਕ ਦੂਜੇ ਤੋਂ ਵੱਧ ਕੇ ਕਹਿੰਦਾ ਕਿ ਮੈਂ ਸਭ ਤੋਂ ਵੱਧ ਸਟੀਕ ਜਾਣਕਾਰੀ ਮੈਂ ਦਿਆਂਗਾ, ਦੂਜਾ ਕਹਿੰਦਾ ਮੈਂ ਜਾਣਕਾਰੀ ਦਿਆਂਗਾ, ਜਾਣੀ ਮੀਡੀਆ ਦੇ ਵੀ ਅੰਦਰ ਇੱਕ ਹੋੜ, ਇੱਕ ਦੌੜ ਲੱਗੀ ਵੀ ਹੈ ਕਿ ਸਭ ਤੋਂ ਵੱਧ ਅਸੀਂ ਦਿਖਾ ਰਹੇ ਹਾਂ ਜੀ ਰਾਮ ਮੰਦਿਰ ਦੇ ਸਮਾਗਮ। ਜੀ ਸਿੱਧੂ ਸਾਹਿਬ, ਜਿੱਥੇ VIPs ਵੀ ਬਹੁਤ ਪਹੁੰਚ ਰਹੇ ਨੇ ਇਸ ਸਮਾਗਮ ਦੇ ਵਿੱਚ, ਬਾਲੀਵੁੱਡ ਅਦਾਕਾਰ ਇੰਨੇ ਜ਼ਿਆਦਾ ਪਹੁੰਚੇ ਨੇ, ਸਿੰਗਰ ਪਹੁੰਚੇ ਨੇ ਮਸ਼ਹੂਰ ਹਿੰਦੁਸਤਾਨ ਦੇ, ਸਾਡੇ ਦੇਸ਼ ਦੇ, ਤੇ ਉੱਥੇ ਹੀ ਕਈ ਅਜਿਹੇ ਵੀ ਨੇ ਜਿਹੜੇ ਨਹੀਂ ਵੀ ਪਹੁੰਚੇ, ਬਹੁਤ ਸਾਰੇ ਹੋਣਗੇ, ਚਾਹੇ ਉਹ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਮਨੁੱਖ ਨੇ, ਚਾਹੇ ਉਹ ਬਾਲੀਵੁੱਡ ਦੇ ਵਿੱਚ ਹੀ ਨੇ। ਅਸੀਂ ਜੇ ਗੱਲ ਕਰ ਲਈਏ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਸੱਦਾ ਆਇਆ ਸੀ, ਜਥੇਦਾਰ ਸਾਹਿਬਾਨਾਂ ਨੂੰ ਸੱਦਾ ਆਇਆ ਸੀਗਾ ਵੀ ਤੁਸੀਂ ਆ ਜਾਓ, ਪਰ ਉਹ ਨਹੀਂ ਸ਼ਾਮਿਲ ਹੋਏ ਜੀ ਇਸ ਸਮਾਗਮ ਦੇ ਵਿੱਚ। ਇਸ ਦੇ ਸੰਬੰਧ 'ਚ ਤੁਹਾਡਾ ਕੀ ਪ੍ਰਤੀਕਰਮ ਹੈ ਜੀ? ਦੇਖੋ, ਜਿਹੜੇ ਪ੍ਰਬੰਧਕ ਹੈਗੇ ਉਹਨਾਂ ਨੇ ਆਪਣੇ ਤੌਰ 'ਤੇ ਸਾਰਿਆਂ ਨੂੰ ਸੱਦਾ ਦਿੱਤਾ, ਜਿਸ ਤਰ੍ਹਾਂ ਤੁਸੀਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਨੂੰ ਵੀ ਸੱਦਾ ਦਿੱਤਾ ਗਿਆ, ਕਿਉਂਕਿ ਸਮਾਗਮ ਹੀ ਇਸ ਕਦਰ ਹੈ ਕਿ ਸਾਰਿਆਂ ਨੂੰ ਸੱਦਾ ਦੇਣਾ ਉਹਨਾਂ ਦਾ ਬਣਦਾ, ਇਸ 'ਤੇ ਦਿੱਤਾ ਵੀ ਗਿਆ। ਹੁਣ ਜਿਹੜੇ ਰਾਮ ਮੰਦਿਰ ਮੂਰਤੀ ਦੀ ਆਪਾਂ ਸਥਾਪਨਾ ਦੀ ਗੱਲ ਕਰਦੇ ਹਾਂ, ਜੋ ਮੀਡੀਆ 'ਚ ਜਾਣਕਾਰੀ ਹੈ ਕਿ 1100 ਕਰੋੜ ਰੁਪਇਆ ਉਹਦੀ ਸਥਾਪਨਾ ਤੇ ਲੱਗ ਚੁੱਕਾ ਹੈ ਔਰ 300 ਕਰੋੜ ਰੁਪਇਆ ਅਜੇ ਹੋਰ ਲੱਗੇਗਾ। ਬਿਲਕੁਲ। ਇਸ ਤੋਂ ਇਲਾਵਾ ਜਿਹੜੇ VIPs ਅਹਿਮ ਹਸਤੀਆਂ ਉੱਥੇ ਆਈਆਂ, ਉਹਨਾਂ ਦੇ ਲਈ ਮਹਾਂਪ੍ਰਸ਼ਾਦ ਜਿਹੜਾ ਹੈਗਾ ਵੱਖਰੇ ਸਪੈਸ਼ਲ ਢੰਗ ਨਾਲ ਤਿਆਰ ਕੀਤਾ ਗਿਆ, ਉਹ ਵੀ ਮੁਹੱਈਆ ਕਰਵਾਇਆ ਜਾਏਗਾ। ਉਹਦੇ ਚੱਲਦਿਆਂ ਜਿਹੜਾ ਸੱਦਾ ਦੇਣ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਖੋ ਸਿੱਖਾਂ ਦੀ ਚੁਣੀ ਵੀ ਸੰਸਥਾ ਹੈਗੀ ਹੈ, ਬਣਦਾ ਹੀ ਸੱਦਾ ਦੇਣਾ ਉਹਨੂੰ ਦਿੱਤਾ ਗਿਆ, ਸਿੰਘ ਸਾਹਿਬਾਨ ਨੂੰ ਵੀ ਸੱਦਾ ਦਿੱਤਾ ਗਿਆ ਜੀ। ਮੈਂ ਦੇਖ ਰਿਹਾ ਮੀਡੀਆ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪ੍ਰਧਾਨ ਹੈ ਤਾਮੀ ਜੀ, ਇਸ ਤਰ੍ਹਾਂ ਜਿਹੜੇ ਸਿੰਘ ਸਾਹਿਬਾਨ ਹੈ, ਉਹਨਾਂ ਵੱਲੋਂ ਧੰਨਵਾਦ ਤਾਂ ਕੀਤਾ ਗਿਆ ਸੱਦੇ ਦੇ ਲਈ, ਪਰ ਉਹਨਾਂ ਨੇ ਕਿਹਾ ਕਿ ਅਸੀਂ ਉਸ ਸਮਾਗਮ 'ਚ ਸ਼ਾਮਲ ਨਹੀਂ ਹੋਵਾਂਗੇ। ਇਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਚਾਹੇ ਮੁਸਲਿਮ ਹੈ, ਕ੍ਰਿਸਚਨ ਹੈ, ਹਿੰਦੂ ਹੈ, ਸਿੱਖ ਹੈ, ਸਾਰੇ ਧਰਮਾਂ ਦਾ ਜਿਹੜਾ ਸਿੱਖ ਭਾਈਚਾਰਾ ਸਤਿਕਾਰ ਕਰਦਾ ਹੈ, ਸੱਦੇ ਦਾ ਵੀ ਧੰਨਵਾਦ ਕਰਦੇ ਹਾਂ, ਪਰ ਆਪ ਜਿਹੜਾ ਹੈਗਾ SGBC ਦੇ ਪ੍ਰਧਾਨ ਜਾਂ ਸਿੰਘ ਸਾਹਿਬਾਨ ਉਸ ਸਮਾਗਮ 'ਚ ਨਹੀਂ ਸ਼ਾਮਲ ਹੋਏ। ਜੀ ਸਿੱਧੂ ਸਾਹਿਬ, ਧਾਰਮਿਕ ਸਮਾਗਮ ਹੈ ਜੀ, 550 ਸਾਲ ਦਾ ਸਮਾਂ ਦੱਸਿਆ ਜਾਂਦਾ ਕਿ ਉਸ ਤੋਂ ਬਾਅਦ ਇੰਨੇ ਸਮਾਂ ਲੱਗ ਗਿਆ ਮੰਦਰ ਬਣਨ ਨੂੰ। ਇੱਥੇ ਹੀ ਇੱਕ ਹੋਰ ਸਵਾਲ ਹੈ ਜਿਹੜਾ ਚੁੱਭਦਾ, ਉਹ ਇਹ ਹੈ ਕਿ ਇਸ ਸਮਾਗਮ ਦੇ ਵਿੱਚ ਵਿਰੋਧੀ ਪਾਰਟੀਆਂ ਦੀ ਜੇ ਗੱਲ ਕਰ ਲਈਏ, ਸਿਆਸੀ ਤੌਰ ਦੇ ਉੱਤੇ ਕਾਂਗਰਸ ਦੀ ਗੱਲ ਕਰ ਲਈਏ, ਮੁੱਖ ਵਿਰੋਧੀ ਧਿਰ ਹੈ ਸੂਬਾ ਪੱਧਰ 'ਤੇ, ਕੌਮੀ ਪੱਧਰ 'ਤੇ ਵੀ, ਉੱਥੇ ਹੀ ਹੋਰ ਕਾਫੀ ਸਾਰੀਆਂ ਵਿਰੋਧੀ ਪਾਰਟੀਆਂ, ਕੋਈ ਵੀ ਨਹੀਂ ਪਹੁੰਚੀ ਜੀ, ਕਿਸੇ ਨੇ ਵੀ ਸ਼ਮੂਲੀਅਤ ਨਹੀਂ ਕੀਤੀ ਇਸ ਸਮਾਗਮ। ਦੇਖੋ, ਪੋਲੀਟੀਕਲ ਇਸ਼ੂ ਹੈ, ਜਿੱਥੋਂ ਤੱਕ ਸਵਾਲ ਹੈ ਧਾਰਮਿਕ ਪ੍ਰਾਣ ਪ੍ਰਤਿਸ਼ਠਾ ਦਾ, ਉਹਨਾਂ ਦੇ ਸਮਾਗਮਾਂ ਦਾ, ਉਹਦੇ ਬਾਰੇ ਕੋਈ ਦੋਰਾ ਨਹੀਂ, ਸਾਰੇ ਕਹਿ ਰਹੇ ਕਿ ਅਸੀਂ ਰਾਮ ਮੰਦਿਰ ਸਾਡੇ ਕਣ ਕਣ 'ਚ ਸਾਡੇ ਮਨ 'ਚ ਵੱਸਦਾ, ਸਾਰੇ ਸਤਿਕਾਰ ਨਾਲ ਗੱਲ ਕਰ ਰਹੇ, ਪਰ ਜੇ ਕਹਿ ਰਹੇ ਕਿ ਉਹ ਪੋਲੀਟੀਕਲ ਤੌਰ 'ਤੇ ਦੇਖਿਆ ਜਾਵੇ, ਕਹਿੰਦੇ ਪ੍ਰਧਾਨ ਮੰਤਰੀ ਉਹ ਸਾਰੇ ਸਮਾਗਮ ਦੇ ਉੱਤੇ ਡੋਮੀਨੇਟ ਕਰ ਰਹੇ, UP ਦੇ ਮੁੱਖ ਮੰਤਰੀ ਡੋਮੀਨੇਟ ਕਰ ਰਹੇ ਆ, ਜਿਹੜੀਆਂ ਵਿਰੋਧੀ ਧਿਰ ਹੈ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਵੀ ਸਮਾਗਮ ਨੂੰ ਜਿਹੜੀ ਧਾਰਮਿਕਤਾ ਹੈ, ਪਰ ਸਮਾਗਮ ਨੂੰ ਜਿਹੜੀ ਰਾਜਸੀ ਰੰਗਤ ਭਾਜਪਾ ਵੱਲੋਂ ਦਿੱਤੀ ਜਾ ਰਹੀ ਹੈ, ਕਿਉਂ ਦਿੱਤੀ ਜਾ ਰਹੀ ਹੈ? ਕਹਿੰਦੇ ਕਿ ਆ ਰਹੀਆਂ ਪਾਰਲੀਮੈਂਟ ਇਲੈਕਸ਼ਨ ਹੈਗੀਆਂ, ਹੋਰ ਕੁਝ ਮਹੀਨਿਆਂ ਤੱਕ
ਇਸ ਮੁਲਕ ਦੇ ਅੰਦਰ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਆ, ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਜਪਾ ਦੇ ਜਿਹੜੇ ਆਗੂ ਹੈ, RSS ਦੇ ਆਗੂ ਹੈਗੇ ਆ, ਉਹ ਇਸ ਨੂੰ ਧਾਰਮਿਕ ਨਾ ਹੋ ਕੇ ਜਿਹੜਾ ਹੈਗਾ ਰਾਜਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਦੇਖ ਰਿਹਾ ਜੋ ਤੁਸੀਂ ਗੱਲ ਕਰ ਰਹੇ ਹੋ ਤਾਂ ਤਾਮਿਲਨਾਡੂ ਦੀ ਸਰਕਾਰ, ਉਹਦੇ ਬਾਰੇ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਜੀ ਤਾਮਿਲਨਾਡੂ ਦੀ ਜਿਹੜੀ ਸਰਕਾਰ ਹੈ ਉੱਥੇ ਸਮਾਗਮ ਦਿਖਾਉਣ ਤੋਂ ਮਨਾ ਕਰ ਰਹੀ ਹੈ ਜਿਹੜੇ ਚੈਨਲਾਂ ਰਾਹੀਂ ਦਿਖਾਏ ਜਾ ਰਹੇ ਹੈ, ਤਾਂ ਉਹ ਸਰਕਾਰ ਦਾ ਵੀ ਸਪਸ਼ਟੀਕਰਨ ਆਇਆ, ਕਹਿੰਦੇ ਜੀ ਬਿਲਕੁਲ ਫਜ਼ੂਲ ਦਾ ਐਲੀਗੇਸ਼ਨ ਹੈਗਾ, ਅਸੀਂ ਕਿਸੇ ਕਿਸਮ ਦਾ ਕੋਈ ਇਲਜ਼ਾਮ ਜਾਂ ਇੱਦਾਂ ਦੀ ਗੱਲ ਨਹੀਂ ਕਰ ਰਹੇ, ਕਿਸੇ ਨੂੰ ਰੋਕ ਨਹੀਂ ਰਹੇ। ਜਾਣੀ ਸੋ ਦੋਨੇ ਪਾਸੇ ਤੋਂ ਚੱਲ ਰਹੀ ਹੈ ਕਿ ਇੱਕ ਪਾਸੇ ਭਾਜਪਾ ਦੇ ਆਗੂ ਵੀ ਉਸ ਨੂੰ ਇਸ ਰੰਗਤ ਨਾਲ ਪੇਸ਼ ਕਰ ਰਹੇ ਹੈ ਕਿ ਦੇਖੋ ਜੀ ਜਿਹੜਾ ਦੂਜੀਆਂ ਪਾਰਟੀਆਂ ਚਾਹੇ ਕਾਂਗਰਸ ਹੈ ਜਾਂ ਆਪ ਵਾਲੇ ਆ ਜਾਂ ਦੂਜੇ ਹੈਗੇ ਆ, ਜਾਣ ਬੁੱਝ ਕੇ ਇਹਨੂੰ ਰਾਜਸੀ ਰੰਗਤ ਦੇ ਰਿਹਾ। ਦੂਜੇ ਪਾਸੇ ਜਿਹੜੀਆਂ ਵਿਰੋਧੀ ਤਰ੍ਹਾਂ ਉਹ ਕਰੀਆਂ ਕਿ ਜਾਣ ਬੁੱਝ ਕੇ ਸਾਡੇ ਬਾਰੇ ਇੱਦਾਂ ਦੇ ਸਵਾਲ ਉਠਾਏ ਜਾ ਰਹੇ, ਸਾਡਾ ਧਾਰਮਿਕ ਸਮਾਗਮ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਪਰ ਪੋਲੀਟੀਕਲ ਤੌਰ 'ਤੇ ਜੇ ਮੈਂ ਰਾਹੁਲ ਗਾਂਧੀ ਦੀ ਟਿੱਪਣੀ ਦੀ ਗੱਲ ਕਰਾਂ ਤਾਂ ਉਹਨੇ ਕਿਹਾ, ਮਤਲਬ ਉਹਦਾ ਕਹਿਣ ਦਾ ਭਾਵ ਇਹ ਸੀ ਕਿ ਵੀ ਸਾਡੀ ਇਹ ਮਜ਼ਬੂਰੀ ਹੈ ਕਿਉਂਕਿ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ 'ਤੇ ਜਿਹੜਾ ਹੈਗਾ ਆ ਰਹੇ ਹੈ, ਜੋਗੀ ਆ ਰਿਹਾ, ਸਾਰਾ ਕੰਟਰੋਲ ਉਹਨਾਂ ਦਾ ਭਾਸ਼ਣ ਹੋਣਗੇ ਔਰ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ ਹੈ, ਇਸ ਕਰਕੇ ਅਸੀਂ ਨਹੀਂ ਜਾ ਰਹੇ। ਈਵਨ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ, ਮੈਂ ਦੇਖ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਹੈਗੇ ਆ ਰਾਜਾ ਵੜਿੰਗ, ਉਹ ਘਰ ਘਰ ਜਾ ਕੇ ਦੀਵੇ ਵੰਡ ਰਹੇ ਆ ਇਸ ਮੌਕੇ ਤੇ, ਕਹਿੰਦੇ ਰੋਸ਼ਨੀ ਕਰੀ ਜਾਏ। ਸੋ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ, ਮੈਂ ਇਹ ਬਿਆਨ ਵੀ ਦੇਖਿਆ, ਉਹਨਾਂ ਨੇ ਕਿਹਾ ਕਿ ਅਸੀਂ ਜਾਵਾਂਗੇ, ਹੁਣ ਚਲੋ ਉਹਨਾਂ ਦੀ ਪਾਰਟੀ ਦਾ ਫੈਸਲਾ ਜੀ, ਉਹ ਕਹਿੰਦੇ ਕਿ ਅੱਜ 22 ਨੂੰ ਤਾਂ ਨਹੀਂ ਜਾਵਾਂਗੇ ਪਰ ਬਾਅਦ 'ਚ ਅਸੀਂ ਸਾਰੇ ਜਾਵਾਂਗੇ। ਇੱਦਾਂ ਹੀ ਕਈ ਸੂਬਿਆਂ ਦੀਆਂ ਸਰਕਾਰਾਂ, ਮਹਾਰਾਸ਼ਟਰ ਕੁਛ ਹੋਰ ਸੂਬਿਆਂ ਦੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਦੇ ਮੈਂ ਬਿਆਨ ਦੇਖ ਰਿਹਾ, ਉਹ ਕਹਿੰਦੇ ਕਿ ਅੱਜ ਦੇ ਦਿਨ ਅਸੀਂ ਨਹੀਂ ਜਾਵਾਂਗੇ ਪਰ ਬਾਅਦ 'ਚ ਅਸੀਂ ਜ਼ਰੂਰ ਜਾਵਾਂਗੇ। ਸੋ ਜਿੱਥੋਂ ਤੱਕ ਸਮਾਗਮ ਦਾ ਸਵਾਲ ਆਇਆ, ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਗੱਲ ਹੈਗੀ, ਰਾਮ ਮੰਦਿਰ ਦੀ ਸਥਾਪਨਾ ਦੀ, ਮੂਰਤੀ ਸਥਾਪਨਾ ਦੀ ਗੱਲ ਹੈ, ਉਹਦੇ ਬਾਰੇ ਸਾਰੇ ਬੜੇ ਸਤਿਕਾਰ ਨਾਲ ਜਿਹੜਾ ਆਪਣਾ ਆਭਾਰ ਦਾ ਪ੍ਰਗਟਾਵਾ ਕਰਦੇ ਆ, ਪਰ ਕਈਆਂ ਦੀਆਂ ਮਜ਼ਬੂਰੀਆਂ ਰਜੇਵਿਆਂ ਕਾਰਨ ਹੈ, ਕਈਆਂ ਦੇ ਰਾਜਸੀ ਮਤਭੇਦ ਹੈ ਪ੍ਰਧਾਨ ਮੰਤਰੀ ਨਾਲ, ਭਾਜਪਾ ਨਾਲ, ਇਸ ਕਰਕੇ ਉਹ ਕਹਿੰਦੇ ਅਸੀਂ ਨਹੀਂ ਜਾਵਾਂਗੇ ਪਰ ਬਾਅਦ 'ਚ ਜ਼ਰੂਰ ਜਾਣਗੇ। ਸੋ ਇਹ ਸਵਾਲ ਜਿਹੜਾ ਪੋਲੀਟੀਕਲ ਤੌਰ 'ਤੇ ਕਿਤੇ ਦੇਸ਼ ਦੀਆਂ ਚੋਣਾਂ ਦੇ ਨਾਲ ਵੀ ਜੁੜਿਆ ਹੋਇਆ, ਸੁਭਾਵਿਕ ਹੁੰਦਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੇ 'ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ, ਯੂਪੀ ਦੇ ਮੁੱਖ ਮੰਤਰੀ ਨੇ ਇਹ ਸਾਰੇ ਪ੍ਰਬੰਧ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ, ਤਾਂ ਉਹਨਾਂ ਦੇ ਜਿਹੜੇ ਹਮਾਇਤੀ ਆ ਜਾਂ ਹੋਰ ਜਦੋਂ ਆਪਾਂ ਮੀਡੀਆ 'ਚ ਵੀ ਦੇਖਦੇ ਹਾਂ ਤਾਂ ਉਹ ਅਕਸਰ ਹੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ 'ਚ ਵੀ ਚੰਗੇ ਸ਼ਬਦ ਬੋਲਦੇ ਆ, ਯੂਪੀ ਦੇ ਮੁੱਖ ਮੰਤਰੀ ਬਾਰੇ ਵੀ ਚੰਗੇ ਸ਼ਬਦ ਬੋਲਦੇ ਆ, ਤਾਂ ਚੋਣਾਂ ਤਾਂ ਆਉਣੀਆਂ ਆਉਣੀਆਂ। ਸੋ ਉਸਦੇ ਮੱਦੇਨਜ਼ਰ ਜਿਹੜਾ ਵਿਰੋਧੀ ਧਿਰਾਂ ਨੂੰ ਲੱਗਦਾ ਹੈ ਕਿ ਉਹਦਾ ਲਾਹਾ ਲਿਆ ਜਾ ਰਿਹਾ। ਮੈਂ ਕਾਂਗਰਸ ਦੇ ਸੀਨੀਅਰ ਆਗੂ ਦੇ ਕਮੈਂਟਸ ਇਹ ਵੀ ਦੇਖ ਰਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਭਾਅ ਹੈ ਕਿ ਹਰ ਇਲੈਕਸ਼ਨ ਤੋਂ ਪਹਿਲਾਂ ਕੋਈ ਨਾ ਕੋਈ ਏਜੰਡਾ ਖੜਾ ਕਰ ਲੈਂਦੇ ਆ, ਪਿਛਲੀ ਇਲੈਕਸ਼ਨ 'ਚ ਹੋਰ ਸੀ, ਇਸ ਇਲੈਕਸ਼ਨ 'ਚ ਹੋਰ ਸੀ, ਇਸ ਵਾਰ ਇਹਨਾਂ ਨੇ ਕਹਿੰਦੇ ਰਾਮ ਮੰਦਿਰ ਦਾ ਮਾਮਲਾ ਲਿਆਂਦਾ ਤਾਂ ਕਿ ਜਿਹੜਾ ਧਾਰਮਿਕ ਭਾਵਨਾਵਾਂ ਦੇ ਨਾਂ 'ਤੇ ਵੋਟਾਂ ਲਈਆਂ ਜਾ ਸਕਣ। ਇਹ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂਆਂ ਦਾ ਨਜ਼ਰੀਆ ਜੀ, ਬਿਲਕੁਲ। ਤਾਂ ਇਹ ਨਜ਼ਰੀਆ ਜਿਹੜਾ ਵਿਰੋਧੀਆਂ ਦਾ, ਜਿਵੇਂ ਤੁਸੀਂ ਦੱਸਿਆ ਕਿ ਇਹਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ, ਇਸ ਕਰਕੇ ਵਿਰੋਧੀ ਨਹੀਂ ਸ਼ਾਮਿਲ ਹੋ ਰਹੇ, ਉਹ ਕਹਿੰਦੇ ਨੇ ਪਰ ਕੋਈ ਗੱਲ ਨਹੀਂ, ਇਹ ਸਮਾਗਮ ਸੰਪੂਰਨ ਹੋ ਲੈਣ ਦਿਓ, ਮੰਦਿਰ ਸੰਪੂਰਨ ਹੋ ਲੈਣ ਦਿਓ, ਫਿਰ ਅਸੀਂ ਬਾਅਦ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਾਂਗੇ। ਸਿੱਧੂ ਸਾਹਿਬ, ਉੱਥੇ ਹੀ ਪੰਜਾਬ ਦੀ ਸਿਆਸਤ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਪ੍ਰੋਗਰਾਮ ਦੇ ਵਿੱਚ। ਸਿਆਸਤ ਦੀ ਗੱਲ ਇਸ ਕਦਰ ਕਰਦੇ ਹਾਂ ਅਸੀਂ ਕਿ ਕੇਂਦਰ ਨੂੰ ਹੁਣ ਪੰਜਾਬ ਦੀ ਥੋੜ੍ਹੀ ਜਿਹੀ ਝਾਕ ਜੀ ਆਈ ਹੈ, ਉਹ ਇਸ ਕਦਰ ਆਈ ਹੈ ਕਿ ਕੇਂਦਰ ਦੀ ਇੱਕ ਯੋਜਨਾ ਹੈ ਜੀ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਇਸ ਦੇ ਤਹਿਤ ਇਹਨਾਂ ਨੇ ਗਰੀਬਾਂ ਦੇ ਵਿੱਚ ਅਨਾਜ ਵੰਡਣਾ ਹੁੰਦਾ ਤੇ ਅਨਾਜ ਦੀ ਜਿਹੜੀ ਸਥਿਤੀ ਹੈ ਇਸ ਵਕਤ ਦੇਸ਼ ਦੇ ਵਿੱਚ ਥੋੜ੍ਹੀ ਸਥਿਰ ਜੀ ਮੰਨੀ ਜਾ ਰਹੀ ਹੈ, ਪਰ ਉੱਥੇ ਹੀ ਪੰਜਾਬ ਦੇ ਵਿੱਚ ਜਿਵੇਂ ਅਸੀਂ ਜਾਣਦੇ ਹਾਂ ਕਿ ਠੰਡ ਹੀ ਬਹੁਤ ਜ਼ਿਆਦਾ ਪੈ ਰਹੀ ਹੈ, ਖੇਤੀ ਮੰਤਰੀ ਕਹਿੰਦੇ ਕਿ ਇਸ ਵਾਰ ਠੰਡ ਬਹੁਤ ਵਧੀਆ ਪੈ ਰਹੀ ਹੈ, ਇਸ ਕਰਕੇ ਕਣਕ ਦਾ ਜਿਹੜਾ ਝਾੜ ਹੈ ਉਹ ਵਧੀਆ ਹੋਵੇਗਾ ਜੇ ਮੌਸਮ ਨੇ ਅੱਗੇ ਖਰਾਬੀ ਨਾ ਕੀਤੀ। ਤਾਂ ਕੇਂਦਰ ਦੀ ਜਿਹੜੀ ਝਾਕ ਹੈ
ਉਹ ਇਸ ਪੱਧਰ 'ਤੇ ਹੁਣੇ ਤੋਂ ਹੀ ਆਉਣ ਲੱਗ ਗਈ ਆ ਪੰਜਾਬ ਦੇ ਵੱਲ ਕਿ ਸਾਨੂੰ ਬਾਅਦ ਦੇ ਵਿੱਚ ਅਨਾਜ ਆ ਜਿਹੜਾ ਉਹ ਪੰਜਾਬ ਦੇ ਕੋਲੋਂ ਲੋੜ ਪੈਣੀ ਆ ਸਾਨੂੰ, ਅਸੀਂ ਗਰੀਬਾਂ ਨੂੰ ਅਨਾਜ ਵੰਡਣਾ, ਸਾਡੇ ਕੋਲ ਥੋੜ੍ਹ ਨਾ ਆ ਜਾਵੇ ਅਨਾਜ ਵੰਡਣ ਦੇ ਵਿੱਚ, ਇਸ ਕਰਕੇ ਪੰਜਾਬ ਵੱਲ ਰੁੱਖ ਤਿਆਰ ਕਰ ਲਿਆ। ਸਿੱਧੇ ਤੌਰ 'ਤੇ ਅਸੀਂ ਸਵਾਲ ਇਹ ਪੈਦਾ ਕਰ ਰਹੇ ਹਾਂ ਇਸ ਸਥਿਤੀ ਦੇ ਉੱਤੇ ਕਿ ਕੇਂਦਰ ਦਾ ਕਿਸਾਨ ਤੋਂ ਤਾਂ ਕਿਨਾਰਾ, ਕਿਸਾਨਾਂ ਦੀਆਂ ਤਾਂ ਮੰਗਾਂ ਕੇਂਦਰ ਪੂਰਾ ਨਹੀਂ ਕਰਦਾ, ਕਿਸਾਨ ਕਿੰਨੇ ਹੀ ਧਰਨੇ ਦਿੰਦੇ ਨੇ, ਕਿੰਨੀਆਂ ਹੀ ਉਹਨਾਂ ਦੀਆਂ ਮੰਗਾਂ ਨੇ, ਪਰ ਅਨਾਜ ਨਾਲ ਕੇਂਦਰ ਦਾ ਪਿਆਰ ਹੈ, ਅਨਾਜ ਤਾਂ ਕਿਸਾਨ ਹੀ ਪੈਦਾ ਕਰ ਰਿਹਾ। ਇਹ ਸਵਾਲ ਜਿਹੜਾ ਬੜਾ ਅਹਿਮ ਸਵਾਲ ਹੈ, ਜਿਸ ਮੁੱਦੇ 'ਤੇ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ ਕਿ ਕੇਂਦਰ ਨੂੰ ਅਨਾਜ ਤਾਂ ਪਿਆਰਾ ਹੈ ਪਰ ਕਿਸਾਨ ਕਿਉਂ ਕਸਿਆਰਾ ਹੈ? ਜੀ, ਕਿਸਾਨ ਨੂੰ ਤਾਂ ਤੁਸੀਂ ਘਾਹ ਖੋਤਣਾ ਬਣਾਤਾ ਨਾ, ਕਿ ਨਾ ਤਾਂ ਉਹਦੀ ਘੱਟੋ ਘੱਟ ਆਮਦਨ 'ਚ ਵਾਧਾ ਹੋਇਆ ਕੋਈ, ਜੀ, ਨਾ ਉਹਦੀਆਂ ਫਸਲਾਂ ਦੀਆਂ ਕੀਮਤਾਂ ਵਧਾ ਰਹੇ ਹੋ, ਨਾ ਤੁਸੀਂ ਉਹਦੇ ਮੁੱਦਿਆਂ ਦੀ ਗੱਲ ਕਰ ਰਹੇ ਹੋ। ਜੇ ਕਿਸਾਨ ਕਿਤੇ ਅੰਦੋਲਨ ਕਰਦੇ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਦੇਸ਼ ਵਿਰੋਧੀ ਹੈ, ਜੀ, ਤੁਸੀਂ ਕਹਿੰਦੇ ਹੋ ਵੱਖਵਾਦੀ ਹੈ। ਸੋ ਇਸ ਕਰਕੇ ਜੇ ਹੁਣ ਦੇਸ਼ ਦੇ ਵਿੱਚ ਇਲੈਕਸ਼ਨਸ ਆ ਗਈ, ਇਲੈਕਸ਼ਨ ਦੇ ਚੱਲਦੇ ਆ, ਜੇ ਤੁਸੀਂ ਗਰੀਬ ਕਲਿਆਣ ਯੋਜਨਾ ਦੀ ਗੱਲ ਕਰਦੇ ਹੋ, ਪ੍ਰਧਾਨ ਮੰਤਰੀ ਯੋਜਨਾ ਹੈਗੀ ਹੈ, ਉਹਦੇ ਅਧੀਨ ਗਰੀਬਾਂ ਨੂੰ ਅਨਾਜ ਵੰਡਿਆ ਜਾਂਦਾ ਹੈ, ਤਾਂ ਅਨਾਜ ਜਦੋਂ ਵੇਖਿਆ ਜਾਂਦਾ ਤਾਂ ਅਨਾਜ ਕੁਝ ਹੋਰ ਸੂਬਿਆਂ ਦੀ ਵੀ ਗੱਲ ਕੀ ਕਰ ਸਕਦੇ ਹਾਂ ਆਪਾਂ, ਪਰ ਪੰਜਾਬ ਵੱਲ ਮੁੱਖ ਤੌਰ 'ਤੇ ਦੇਖਿਆ ਜਾਂਦਾ ਜਦੋਂ ਅਨਾਜ ਦੀ ਜ਼ਰੂਰਤ ਪੈਂਦੀ ਹੈ। ਹੁਣ ਕਹਿੰਦੇ ਜਦੋਂ ਅਨਾਜ ਦੀ ਲੋੜ ਹੈ ਤਾਂ ਤੁਸੀਂ ਪੰਜਾਬ ਵੱਲ ਦੇਖਦੇ ਹੋ, ਤਾਂ ਅਨਾਜ ਕੌਣ ਪੈਦਾ ਕਰਦਾ ਹੈ? ਜੀ, ਪੰਜਾਬ ਦਾ ਕਿਸਾਨ ਪੈਦਾ ਕਰਦਾ ਹੈ। ਅਨਾਜ ਤਾਂ ਕਹਿੰਦੇ ਆਵੇ ਪਰ ਕਿਸਾਨ ਜਾਵੇ, ਜੀ ਜੀ, ਕਿਸਾਨ ਦੀ ਸਾਨੂੰ ਲੋੜ ਨਹੀਂ। ਇਸੇ ਕਰਕੇ ਕਿਸਾਨ ਕਹਿ ਰਹੇ ਕਿ ਤੁਸੀਂ ਕਾਰਪੋਰੇਟ ਸੈਕਟਰ ਜਿਹੜੇ ਹੈਗੇ ਆ, ਵੱਡੇ ਵੱਡੇ ਜਿਹੜੇ ਹੈਗੇ ਫਾਰਮ ਬਣਾ ਕੇ, ਜਿਹੜਾ ਛੋਟਾ ਕਿਸਾਨ ਹੈ ਉਹਨੂੰ ਤੁਸੀਂ ਖੇਤੀ ਚੋਂ ਬਾਹਰ ਕਰਨਾ ਚਾਹੁੰਦੇ ਹੋ, ਯਾਨੀ ਕਿਸਾਨ ਨਾਲ ਪਿਆਰ ਨਹੀਂ ਅਨਾਜ ਨਾਲ ਪਿਆਰ ਹੈ। ਅਨਾਜ ਕਿਉਂਕਿ ਵੋਟਾਂ ਲੈ ਦਿੰਦਾ, ਕਿਸਾਨ ਲੱਗਦਾ ਕਿ ਵੋਟਾਂ ਨਹੀਂ ਦੇਣਗੇ ਨਾ। ਜੀ ਬਿਲਕੁਲ, ਤਾਂ ਸਾਡੇ ਮਾਧਿਅਮ ਰਾਹੀਂ ਵੀ ਸਾਡੀ ਇਹੀ ਅਪੀਲ ਹੈ ਕਿ ਕੇਂਦਰ ਨੂੰ ਕਿਸਾਨ ਨਾਲ ਵੀ ਥੋੜ੍ਹਾ ਜਿਹਾ ਪਿਆਰ ਵਧਾਉਣਾ ਚਾਹੀਦਾ, ਕਿਉਂਕਿ ਜਿਹੜਾ ਅਨਾਜ ਹੈ ਉਹ ਕਿਸਾਨ ਹੀ ਪੈਦਾ ਕਰ ਰਿਹਾ। ਤਾਂ ਸਿੱਧੂ ਸਾਹਿਬ, ਇੱਕ ਹੋਰ ਦਿਲਚਸਪ ਬੜੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਦਾ ਇੱਕ ਬੜਾ ਇੰਟਰਸਟਿੰਗ ਜਿਹਾ ਬਿਆਨ ਸਾਹਮਣੇ ਆਇਆ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਖਹਿਰਾ ਸਾਹਿਬ ਕਹਿੰਦੇ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸੀਗੇ ਅਤੇ ਬਿਕਰਮ ਸਿੰਘ ਮਜੀਠੀਆ, ਸਾਰੇ ਜਾਣਦੇ ਨੇ ਕਿ NDPS ਮਾਮਲੇ ਦੇ ਵਿੱਚ ਉਹ ਨਾਮਜ਼ਦ ਨੇ, ਤਰੀਕਾਂ ਪੇਸ਼ੀਆਂ ਉਹਨਾਂ ਦੀਆਂ ਪੈਂਦੀਆਂ ਰਹਿੰਦੀਆਂ ਨੇ। ਉਹ ਕਹਿੰਦੇ ਕਿ ਮੈਂ ਇਹ ਦੋਵੇਂ ਜਣਿਆਂ ਦੀ ਹਮਾਇਤ ਕਰਾਂਗਾ, ਕਹਿੰਦੇ ਇਹ ਮੇਰੇ ਹੱਕ ਦੇ ਵਿੱਚ ਨਿਤਰੇ ਨੇ, ਮੇਰੇ ਖਿਲਾਫ਼ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਅਤੇ ਇਸ ਕਰਕੇ ਬੀਬੀ ਜਗੀਰ ਕੌਰ ਅਤੇ ਬਿਕਰਮ ਮਜੀਠੀਆ ਦਾ ਮੈਂ ਪੂਰਾ ਪੱਖ ਪੂਰਾਂਗਾ, ਇਹ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਜੀ। ਆਹ ਬਹੁਤ ਵੱਡਾ ਸਵਾਲ ਹੈ ਜਿਸ ਮੁੱਦੇ ਦੀ ਤੁਸੀਂ ਗੱਲ ਕੀਤੀ ਹੈ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਬਦਲੀ ਬਦਲੀ ਜੀ ਨਜ਼ਰ ਆਉਂਦੀ ਹੈ। ਸੁਖਪਾਲ ਖਹਿਰਾ ਜਦੋਂ ਇਹ ਗੱਲ ਕਹੇ ਕਿ ਮੈਂ ਬਿਕਰਮ ਮਜੀਠੀਆ ਦੇ ਨਾਲ ਡਟ ਕੇ ਖੜਾਂਗਾ, ਬੀਬੀ ਜਗੀਰ ਕੌਰ ਵਾਲਿਆਂ ਨੇ ਬਹੁਤ ਵੱਡੀ ਗੱਲ ਕਹੀ ਹੈ। ਹੁਣ ਤੱਕ ਜਾਣੀ ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ ਅਲੱਗ ਅਲੱਗ ਪਲੇਟਫਾਰਮਾਂ ਤੇ ਖੜੇ ਸੀ, ਦੋਨਾਂ ਹੀ ਪਾਰਟੀਆਂ ਦਾ ਰੰਗ ਇਹ ਸੀ ਕਿ ਸੁਖਪਾਲ ਖਹਿਰਾ ਤੇ ਬੀਬੀ ਜਗੀਰ ਕੌਰ ਨੂੰ ਆਪਸ ਵਿੱਚ ਹੀ ਲੜਾਉਂਦੇ ਰਹਿੰਦੇ ਸੀ। ਹੁਣ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਉਹਨਾਂ ਪਾਰਟੀਆਂ ਦੀ ਕੀ ਬਣੇਗਾ ਜਿਨ੍ਹਾਂ 'ਚ ਬੀਬੀ ਜਗੀਰ ਕੌਰ ਅਤੇ ਸੁਖਪਾਲ ਖਹਿਰਾ ਹੈਗਾ। ਸੁਖਪਾਲ ਖਹਿਰਾ ਨੇ ਸਾਫ਼ ਕਹਿਤੀ ਆ ਗੱਲ ਕਿ ਮੈਂ ਜਿਹੜਾ ਹੈਗਾ ਬੀਬੀ ਜਗੀਰ ਕੌਰ ਦੀ ਕੱਲ੍ਹ ਵੀ ਜਦੋਂ SGPC ਦੀ ਇਲੈਕਸ਼ਨ ਆਏਗੀ ਇਸ ਮੁੱਦੇ ਦੇ ਨਾਲ ਖੜਾਂਗਾ। ਫਿਰ ਕਹਿੰਦੇ ਬਿਕਰਮ ਮਜੀਠੀਆ ਤੇ ਕੋਈ ਕੇਸ ਬਣਾਵੇ ਸਹੀ, ਮਾਨ ਮੈਂ ਡਟ ਕੇ ਪਹਿਰਾ ਦਿਆਂਗਾ। ਸੋ ਇੱਕ ਬਹੁਤ ਬਦਲੀ ਬਦਲੀ, ਜਦੋਂ ਆਪਾਂ ਬਦਲੀ ਬਦਲੀ ਰਾਜਨੀਤੀ ਦੀ ਗੱਲ ਕਰਦੇ ਹਾਂ, ਇਹਦੇ ਨਾਲ ਇੱਕ ਲਾਈਨ ਹੋਰ ਵੀ ਜੋੜਨੀ ਚਾਹੁੰਦਾ ਹੈ ਕਿ ਇੱਕ ਦਿਨ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਮੋਗਾ ਦੇ ਵਿੱਚ ਨਵਜੋਤ ਸਿੱਧੂ ਨੇ ਰੈਲੀ ਕੀਤੀ, ਉਹਨੇ ਤਾਂ ਉੱਥੇ ਨਾਅਰਾ ਦਿੱਤਾ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ। ਕਾਂਗਰਸ ਵਾਲਿਆਂ ਨੇ ਕੀ ਕੀਤਾ, ਜਿਹਨਾਂ ਨੇ ਰੈਲੀ ਕਰਵਾਈ ਸੀ ਜ਼ਿਲ੍ਹਾ ਪ੍ਰਧਾਨ ਸੀ ਅਤੇ ਨਾਲ ਉਹਨਾਂ ਦਾ ਹਮਾਇਤੀ, ਦੋਨਾਂ ਨੂੰ ਨੋਟਿਸ ਕੱਢਦਾ ਕਿ ਭਾਈ ਸਾਹਿਬ 2 ਦਿਨ ਦੇ ਅੰਦਰ ਅੰਦਰ ਜਵਾਬ ਦਿਓ ਕਿ ਕਿਵੇਂ ਕੀਤੀ ਹੈ ਰੈਲੀ। ਜੀ, ਸੋ ਮੈਨੂੰ ਸਮਝ ਨਹੀਂ ਲੱਗਦੀ ਕਿ ਰੈਲੀ ਜਿੱਤੇਗੀ ਕਿ ਕਿਸਾਨ ਜਿੱਤੇਗਾ। ਸੋ ਇਸ ਤਰ੍ਹਾਂ ਦੀ ਪ੍ਰਸਥਿਤੀ ਜਿਹੜੀ ਹੈਗੀ ਆ ਬਹੁਤ ਬਦਲੀ ਬਦਲੀ ਨਜ਼ਰ ਆਉਂਦੀ ਹੈ। ਜਿਸ ਤਰ੍ਹਾਂ ਸੁਖਪਾਲ ਖਹਿਰਾ ਦੀ ਤੁਸੀਂ ਗੱਲ ਕੀਤੀ ਹੈ, ਨਵਜੋਤ ਸਿੱਧੂ ਦਾ ਮੁੱਦਾ,
ਹੁਣ ਜਾਣੀ ਰਾਜਨੀਤੀ ਵੀ ਲੱਗਦਾ ਪੰਜਾਬ ਦੀ। ਪੰਜਾਬ 'ਚ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਨੂੰ ਕਹਿੰਦੀ ਸੀ ਕਿ ਅੱਗੇ ਰਾਜ ਕਰਦੀਆਂ ਰਹੀਆਂ, ਨਵੀਂ ਪਾਰਟੀ ਆ ਹੀ ਗਈ ਹੈ। ਮੈਨੂੰ ਲੱਗਦਾ ਰਵਾਇਤੀ ਪਾਰਟੀਆਂ 'ਚ ਵੀ ਜਿਹੜੀ ਰਵਾਇਤੀ ਵਿਚਾਰਧਾਰਾ ਸੀ ਉਹਦੀ ਟੁੱਟ ਫੁੱਟ ਹੋ ਰਹੀ ਹੈ। ਜਿਸ ਇਕਬਾਲ ਖਹਿਰਾ ਬੀਬੀ ਜਗੀਰ ਕੌਰ ਦੇ ਹੱਕ 'ਚ ਮੈਂ ਪਹਿਲੀ ਵਾਰ ਦੇਖਿਆ ਇਸ ਤਰ੍ਹਾਂ ਬੋਲਦਾ, ਬਿਕਰਮ ਮਜੀਠੀਆ ਦੇ ਹੱਕ 'ਚ ਪਹਿਲੀ ਵਾਰ ਦੇਖਿਆ, ਨਵਜੋਤ ਸਿੱਧੂ ਨੇ ਜਦੋਂ ਜੱਫੀ ਪਾਈ ਬਿਕਰਮ ਮਜੀਠੀਆ ਨੂੰ ਜਲੰਧਰ ਦੇ ਇੱਕ ਸਮਾਗਮ 'ਚ, ਤਾਂ ਉਦੋਂ ਵੀ ਬਾਂ ਬਾਂ ਹੋ ਗਈ ਕਿ ਇਹ ਕੀ ਹੋ ਗਿਆ। ਬਿਲਕੁਲ, ਨਵਜੋਤ ਸਿੱਧੂ ਨੇ ਜੱਫੀ ਪਾ ਲਈ ਬਿਕਰਮ, ਸਾਰੇ ਦਰਸ਼ਕਾਂ ਨੂੰ ਯਾਦ ਹੈ ਜੀ। ਜੀ ਜੀ, ਸੋ ਇਹ ਕਾਫੀ ਬਦਲਿਆ ਵਾ ਹਾਲਾਤ ਹੈ, ਬਦਲੇ ਹੋਏ ਮਾਹੌਲ ਹੈ ਜੀ। ਕਈ ਨਵੇਂ ਰੰਗ ਲੱਗਦਾ ਸਾਹਮਣੇ ਆਉਣਗੇ ਆਉਣ ਵਾਲੇ ਦਿਨਾਂ 'ਚ। ਸਿੱਧੂ ਸਾਹਿਬ, ਜਿਹੜਾ ਇਹ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਹੈ, ਇਹ ਸਿਰਫ ਇਸ ਤੌਰ 'ਤੇ ਹੈ ਵੀ ਉਹ ਉਹਨਾਂ ਦੇ ਹੱਕ 'ਚ ਵੀ ਖੜੇ ਨੇ ਬਿਕਰਮ ਮਜੀਠੀਆ ਅਤੇ ਬੀਬੀ ਜਗੀਰ ਕੌਰ, ਜਾਂ ਫਿਰ ਇਹ ਤੱਥਾਂ ਦੇ ਆਧਾਰ 'ਤੇ ਕਹਿ ਰਹੇ ਨੇ ਕਿ ਮੈਂ ਇਹਨਾਂ ਦਾ ਸਾਥ ਦੇਵਾਂਗਾ? ਦੇਖੋ ਗੋਪਾਲ, ਜਦੋਂ ਆਪਾਂ ਕਰਦੇ ਹਾਂ ਖਬਰ ਦੇ, ਪਿਛਲੀ ਖਬਰ ਦੀ ਗੱਲ ਤੁਸੀਂ ਕਹਿੰਦੇ ਪੜਚੋਲ ਕਰਨ ਦੀ, ਆਪਾਂ ਦਰਸ਼ਕਾਂ ਨਾਲ ਸਾਂਝ ਪਾਉਂਦੇ ਹਾਂ ਜੀ, ਤਾਂ ਇਹ ਗੱਲ ਇੰਨੀ ਸਾਦੀ ਜਾਂ ਸਿੰਪਲ ਨਹੀਂ ਹੁੰਦੀ। ਬਿਕਰਮ ਮਜੀਠੀਆ ਨੇ ਜਿਸ ਗੋਪਾਲ ਖਹਿਰਾ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ, ਤਾਂ ਬਿਕਰਮ ਮਜੀਠੀਆ ਨੇ ਵੀ ਕੋਈ ਸੋਚ ਸਮਝ ਕੇ ਕਿਹਾ ਹੋਏਗਾ। ਤੇ ਸੁਖਪਾਲ ਖਹਿਰਾ ਹੁਣ ਆਪਣਾ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ, ਮੇਰਾ ਖਿਆਲ ਹੈ ਕਿ ਉਹਦਾ ਰਾਮਗੜ੍ਹ ਜਿਹੜਾ ਹਲਕਾ ਹੈਗਾ, ਉਹਦਾ ਪਿੰਡ ਹੈ ਰਾਮਗੜ੍ਹ, ਉਹਦੇ 'ਚ ਪਹਿਲੀ ਉਹਦੀ ਰੈਲੀ ਸੀ ਜਿਹਦੇ 'ਚ ਬਠਿੰਡਾ ਤੋਂ ਲੈ ਕੇ ਹੋਰ ਵੱਖ ਵੱਖ ਥਾਵਾਂ ਤੋਂ ਲੈ ਕੇ ਉਹਦੇ ਹਮਾਇਤੀ ਆਏ ਹੈ। ਉਹਦੇ ਹਮਾਇਤੀਆਂ 'ਚ ਉਹਨੇ ਸਾਫ਼ ਤੌਰ 'ਤੇ ਗੱਲ ਕਹੀ ਹੈ ਕਿ ਮੈਂ ਬਿਕਰਮ ਮਜੀਠੀਆ, ਬੀਬੀ ਜਗੀਰ ਕੌਰ ਇਹਨਾਂ ਦੇ ਨਾਲ ਖੜਾਂਗਾ। ਸੋ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਕੋਈ ਨਵੀਂ ਕਰਵਟ ਲੈਂਦੀ ਨਜ਼ਰ ਆ ਰਹੀ ਜੀ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡੇ ਵਿਚਾਰਾਂ ਲਈ। ਤੁਹਾਡਾ ਵੀ ਧੰਨਵਾਦ ਜੀ। ਸੋ ਇਹ ਤਾਂ ਜੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸਿੱਧੂ ਸਾਹਿਬ ਜਿਵੇਂ ਕਹਿ ਰਹੇ ਨੇ ਕਿ ਨਵੀਂ ਕਰਵਟ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਵਿੱਚ ਵੇਖਣ ਨੂੰ ਮਿਲਦੀ ਹੈ ਜਾਂ ਨਹੀਂ ਵੇਖਣ ਨੂੰ ਮਿਲਦੀ। ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਅਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦਿਓ ਆਗਿਆ। ਧੰਨਵਾਦ।